चंडीगढ़ दे विच हरियाणा दी वखरी विधानसभा नूं लै के श्रोमणी अकाली दल दे प्रधान सुखबीर सिंह बादल समेत एक वफद ने अज पंजाब दे राजपाल बनवारी लाल पुरोहित नूं एक मंग पत्र सौंपिया, जिस तों बाद अकाली दल प्रधान सुखबीर सिंह बादल ने मीडिया नूं संबोधन कीता। इस दौरान सुखबीर सिंह बादल ने कहा कि हरियाणा नूं विधानसभा दे लई चंडीगढ़ दे विच जमीन देण दे फैसले दा उन्हां दी पार्टी दे वल्लों विरोध कीता गया है अते इस संबंधी पंजाब दे गवर्नर नूं मंग पत्र सौंपिया है। इस दौरान उन्हां ने साफ कहा कि चंडीगढ़ पंजाब दा है, जे हरियाणा नूं विधानसभा दे लई जमीन देनी है तां ओह पंचकूला विच दित्ती जावे। इस दे नाल ही सुखबीर सिंह बादल ने पंजाब दे मुख्यमंत्री भगवंत मान नूं निशाने उत्ते लैंदिआं कहा कि भगवंत मान दे वल्लों इस दा विरोध नहीं कीता गया, बल्कि जदों हरियाणा ने जमीन दी मंग कीती तां मान ने भी इह मंग कीती कि पंजाब नूं भी चंडीगढ़ दे विच विधानसभा दे लई जमीन दित्ती जावे। ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ। ਸਭ ਤੋਂ ਇੰਪੋਰਟੈਂਟ ਹੈ ਕਿ ਜਿਹੜਾ ਹਰਿਆਣਾ ਸਰਕਾਰ ਨੇ ਗਵਰਨਰ ਸਾਹਿਬ ਨੂੰ ਲਿਖਿਆ ਕਿ ਸਾਨੂੰ ਸੈਕਟਰੀਏਟ ਵਾਸਤੇ ਇੱਕ ਨਵੀਂ ਜ਼ਮੀਨ ਦਿੱਤੀ ਜਾਏ, ਉਹਦੇ ਖਿਲਾਫ ਅਸੀਂ ਕਲੀਅਰ ਕੱਟ ਦੱਸਣ ਆਏ ਹਾਂ। ਪੰਜਾਬ ਦੀ ਜਨਤਾ ਦੀ ਜੋ ਭਾਵਨਾ ਹੈ, ਅਸੀਂ ਗਵਰਨਰ ਸਾਹਿਬ ਨੂੰ ਦੱਸਿਆ ਕਿ ਯੂਨੀਅਨ ਟੈਰੀਟਰੀ ਚੰਡੀਗੜ੍ਹ ਸਹੀ ਮੈਨੇ ਤਾਂ ਹੈ ਪੰਜਾਬ ਦੀ ਆ, ਚੰਡੀਗੜ੍ਹ ਪੰਜਾਬ ਦਾ ਹੈ ਅਤੇ ਸਾਡੇ ਸੂਬੇ ਵਿੱਚ ਸਾਡੇ ਸਟੇਟ ਦੀ ਜ਼ਮੀਨ ਦੇ ਉੱਤੇ ਹਰਿਆਣੇ ਨੂੰ ਕਿਸੇ ਹਾਲਤ 'ਚ ਆਹ ਜ਼ਮੀਨ ਨਹੀਂ ਦਿੱਤੀ ਜਾਊਗੀ। ਅਤੇ ਅਸੀਂ ਆਹ ਵੀ ਕਿਹਾ ਸੀ ਕਿ ਆਹ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਕਿਸੇ ਸੂਬੇ 'ਤੇ ਹਮਲਾ ਹੁੰਦਾ ਹੈ ਜਾਂ ਕੋਈ ਸੂਬੇ ਦੇ ਖਿਲਾਫ ਕੋਈ ਐਕਟ ਪਾਸ ਹੁੰਦਾ ਹੈ ਜਾਂ ਸੂਬੇ ਦੇ ਖਿਲਾਫ ਕੋਈ ਨਿਊ ਲਾਜ਼ ਬਣਦੇ ਹੈ ਜਾਂ ਕੁਛ ਹੁੰਦਾ ਹੈ, ਜ਼ਿੰਮੇਵਾਰੀ ਸੂਬੇ ਦੀ ਸਟੇਟ ਦੀ ਹੁੰਦੀ ਹੈ ਡਿਫੈਂਡ ਕਰਨਾ। ਬੜੇ ਦੁੱਖ ਨਾਲ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜੋ ਸੂਬੇ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ, ਨਾ ਉਹਨੂੰ ਫਿਕਰ ਹੈ ਨਾ ਪਰਵਾਹ, ਸਗੋਂ ਕਿ ਆਪ ਦੋਸ਼ੀ ਇਹਦੇ 'ਚ। ਭਗਵੰਤ ਮਾਨ ਜੋ ਮੁੱਖ ਮੰਤਰੀ, ਉਹਨੂੰ ਆਹ ਹੀ ਨਹੀਂ ਪਤਾ ਕਿ ਜਿਹੜਾ ਚੰਡੀਗੜ੍ਹ ਆ ਪੰਜਾਬ ਦਾ ਕੈਪੀਟਲ ਹੈ, ਪੰਜਾਬ ਦਾ ਹੈ, ਅਤੇ ਜਦੋਂ ਹਰਿਆਣੇ ਨੇ ਲਿਖੀ ਚਿੱਠੀ ਅਤੇ ਭਗਵੰਤ ਮਾਨ ਨੇ ਹੋਰ ਚਿੱਠੀ ਲਿਖੀ ਸਾਨੂੰ ਵੀ ਦੇ ਦਿਓ। ਜਿਸ ਮੁੱਖ ਮੰਤਰੀ ਨੂੰ ਆਹ ਹੀ ਨਹੀਂ ਪਤਾ ਕਿ ਸਾਡੀ ਰਾਈਟਸ ਕੀ ਹੈ, ਸਾਡੇ ਕਿਸ ਵਾਸਤੇ ਅਸੀਂ ਲੜਾਈ ਲੜ ਰਹੇ ਹਾਂ, ਕਿਹੜਾ ਸਾਡਾ ਕਿਹੜਾ ਪਰਾਇਆ, ਉਹ ਮੁੱਖ ਮੰਤਰੀ ਕੀ ਆਪਣੇ ਸੂਬੇ ਦੀ ਲੜਾਈ ਲੜ ਸਕੂਗਾ। ਜੋ ਵੀ ਚੰਡੀਗੜ੍ਹ 'ਚ ਵਿਤਕਰੇ ਹੋਏ ਹੈ ਅਫਸਰ, ਜਿਹੜੇ ਪਹਿਲੇ ਪੰਜਾਬ ਦੇ ਹੁੰਦੇ ਸੀ, ਉਹਨਾਂ ਨੂੰ ਕੱਢ ਕੇ ਕੋਈ ਸੈਂਟਰ ਦੇ ਆ ਗਏ ਜਾਂ ਹਰਿਆਣੇ ਦੇ ਆ ਗਏ, ਮੁੱਖ ਮੰਤਰੀ ਨਹੀਂ ਬੋਲਿਆ। ਕੋਈ ਜੋ ਪੰਜਾਬੀ ਇੱਥੇ ਲਾਗੂ ਕਰਨੀ ਸੀ, ਰਿਕਰੂਟਮੈਂਟ ਜਿਹੜੀ ਹੋਈ ਹੈ ਉਹਦੇ ਖਿਲਾਫ਼ ਜੋ ਗਲਤ ਸਟੈਪਸ ਲਿੱਤੇ ਗਏ, ਯੂਨੀਅਨ ਟੈਰੀਟਰੀ ਨੇ ਪੰਜਾਬ ਦੇ ਖਿਲਾਫ਼ ਵਿਤਕਰਾ ਕੀਤਾ, ਉਹਦੇ 'ਤੇ ਕੋਈ ਚੀਫ ਮਿਨਿਸਟਰ ਨਹੀਂ ਬੋਲੇ। ਹੁਣ ਜਦੋਂ ਜ਼ਮੀਨ ਦੇਣ ਦਾ ਟਾਈਮ ਆ ਗਿਆ, ਬੋਲਣਾ ਕੀ ਸੀ, ਉਹਦੇ ਉਲਟ ਆਪ ਉਹਦੇ ਵਿੱਚ ਹਿੱਸਾ ਬਣ ਗਏ। ਸੋ ਅਸੀਂ ਗਵਰਨਰ ਸਾਹਿਬ ਨੂੰ ਕਿਹਾ, ਸਮੁੱਚੀ ਪਾਰਟੀਆਂ, ਸਾਰੇ ਪੰਜਾਬ ਦੀ ਜਨਤਾ ਕਿਸੇ ਹਾਲਤ ਵਿੱਚ ਵੀ ਆਹ ਬਰਦਾਸ਼ਤ ਨਹੀਂ ਕਰੂਗੀ ਕਿ ਜੋ ਪੰਜਾਬ ਦਾ ਕੈਪੀਟਲ ਹੈ ਉਹਦੇ 'ਚ ਹਰਿਆਣੇ ਦਾ ਸੈਕਟਰੀਏਟ ਬਣਾਇਆ ਜਾਏ ਜਾਂ ਇੱਥੇ ਕੋਈ ਹਰਿਆਣੇ ਦੀ ਅਲੱਗ ਜੁਡੀਸ਼ਰੀ ਬਣਾਈ ਜਾਏ। ਜੇ ਹਰਿਆਣੇ ਨੇ ਬਣਾਉਣਾ, ਅਸੀਂ ਗਵਰਨਰ ਸਾਹਿਬ ਨੂੰ ਕਿਹਾ ਨਾਲ ਪੰਚਕੂਲਾ, ਪੰਚਕੂਲੇ ਜਾ ਕੇ ਉਹ ਬਣਾ ਸਕਦੇ ਆ, ਜੋ ਮਰਜ਼ੀ ਕਰਨ, ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਹੈ। ਦੂਜੀ ਗੱਲ, ਅਸੀਂ ਜਿਹੜੀ ਗਵਰਨਰ ਸਾਹਿਬ ਨਾਲ ਇੱਕ ਆਹ ਵੀ ਅਸੀਂ ਗੱਲ ਪੁਆਇੰਟ ਰੇਜ਼ ਕੀਤਾ ਸੀ, ਜਿਵੇਂ ਹਰਿਆਣੇ ਨੇ ਇੱਕ ਪ੍ਰਪੋਜ਼ਲ ਦਿੱਤਾ ਹੈ ਕਿ ਜੀ ਅਸੀਂ 10 ਏਕੜ ਆਪਣਾ ਦੇ ਦੇਵਾਂਗੇ, ਤੁਸੀਂ ਸਾਨੂੰ ਦੇ ਦਿਓ ਜ਼ਮੀਨ ਐਕਸਚੇਂਜ। ਐਜ਼ ਪਰ ਐਕਟ, ਐਜ਼ ਪਰ ਲਾਅ, ਆਪਣੇ ਦੇਸ਼ ਦੇ ਪਾਰਲੀਮੈਂਟ ਕੋਲ ਹੀ ਅਧਿਕਾਰ ਹੈ ਸੂਬਿਆਂ ਦੀ ਬਾਉਂਡਰੀ ਚੇਂਜ ਕਰਨ ਦਾ। ਆਹ ਕੌਂਸਟੀਟਿਊਸ਼ਨ ਦੇ ਵਿੱਚ ਲਿਖਿਆ ਹੈ, ਕੋਈ ਸਟੇਟ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਦੀ ਬਾਉਂਡਰੀ ਚੇਂਜ ਕਰਦੇ। ਸੋ ਲੀਗਲੀ ਵੀ ਆਹ ਹਰਿਆਣਾ ਕਿਸੇ ਹਾਲਤ 'ਚ ਇੱਥੇ ਆਪਣਾ ਜ਼ਮੀਨ ਦੇ ਕੇ ਡਿਊਟੀ ਦੀ ਐਕਸਚੇਂਜ ਨਹੀਂ ਕਰ ਸਕਦਾ। ਆਹ ਵੀ ਅਸੀਂ ਲੀਗਲ ਪੁਆਇੰਟ ਵੀ ਦੱਸਿਆ, ਬਾਕੀ ਤਾਂ ਅਸੀਂ ਪੰਜਾਬ ਦੀ ਜੋ ਜਿਹੜਾ ਸਾਡਾ ਹੱਕ ਹੈ ਉਹਦੇ ਬਾਰੇ ਵੀ ਅਸੀਂ ਜ਼ਿਕਰ ਕਰਾਇਆ। ਦੂਜੀ ਗੱਲ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਅੱਜ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਹਾਲਾਤ ਇਹੋ ਜਿਹੀ ਬਣ ਗਈ ਕਿ ਕੋਈ ਇਨਸਾਨ ਸੁਰੱਖਿਅਤ ਆਪਣੇ ਆਪ ਨੂੰ ਨਹੀਂ ਸਮਝਦਾ। ਰਾਤ ਨੂੰ ਜਿਹੜੇ ਘਰੇ ਦਰਵਾਜ਼ੇ ਬੰਦ ਕਰਕੇ ਹੁਣ ਡਰਦੇ ਸੌਂਦੇ ਹੈ, ਜਿਹੜੇ ਲੋਕ ਮੈਂ ਸ਼ਹਿਰਾਂ 'ਚ ਗਿਆ ਸੀ ਜਿਹੜੇ ਸ਼ਾਮ ਨੂੰ ਸੈਰ ਕਰ ਜਾਂਦੇ ਸੀ ਉਹਨਾਂ ਨੇ ਆਪਣੀ ਸੈਰ ਵੀ ਬੰਦ ਕਰ ਦਿੱਤੀ ਹੈ। ਜਿਨ੍ਹਾਂ ਕੋਲ ਕੋਈ ਥੋੜ੍ਹਾ ਮੋਟਾ ਬਿਜ਼ਨਸ ਹੈ, ਪੈਸਾ ਹੈ, ਸਾਰਿਆਂ ਨੂੰ ਫਰੌਤੀਆਂ ਦੀ ਟੈਲੀਫੋਨ ਆਏ ਹੈ, ਕਰੋੜਾਂ ਰੁਪਈਏ ਗੈਂਗਸਟਰ ਉਹਨਾਂ ਦੇ ਪੈਸੇ ਲੈ ਗਏ, ਪੁਲਿਸ ਕੁਛ ਕਰ ਨਹੀਂ ਰਹੀ, ਰੋਜ਼ SSP ਬਦਲੇ ਜਾਂਦੇ ਹੈ ਜਿੱਥੇ, ਪੁਲਿਸ ਦੀ ਕਈ ਜਗ੍ਹਾ 'ਤੇ ਇਨਵੋਲਵਮੈਂਟ ਵੀ ਆਈ ਹੈ। ਸੋ ਇਹ ਜੀ ਹਾਲਾਤ ਵਿੱਚ ਜਿਹੜਾ ਬਾਰਡਰ ਦਾ ਸੂਬਾ ਹੈ ਅਤੇ ਮੁੱਖ ਮੰਤਰੀ ਸਾਡਾ ਅਤੇ ਸਾਰੀ ਕੈਬਨਿਟ
ਤੇ ਸਾਰੀ ਆਮ ਆਦਮੀ ਪਾਰਟੀ ਤੇ ਹੈ ਹੀ ਨਹੀਂ। ਪਿਛਲੇ ਡੇਢ ਮਹੀਨਾ ਹੋ ਗਿਆ, ਦੋ ਮਹੀਨੇ ਸਮਝ ਲਓ, ਪਹਿਲੇ ਸਾਰੇ ਹਿਮਾਚਲ ਚਲੇ ਗਏ ਸੀ, ਹੁਣ ਸਾਰੇ ਗੁਜਰਾਤ ਬੈਠੇ ਹੈ। ਇੱਥੇ ਲੋਕੀ ਮਾਰੇ ਜਾ ਰਹੇ ਆ, ਇੱਥੇ ਡਰੱਗਸ ਵੱਧ ਰਿਹਾ, ਇੱਥੇ ਧੱਕਾ ਹੋ ਰਿਹਾ, ਇੱਥੇ ਕ੍ਰਾਈਸਿਸ ਹੈ ਬਹੁਤ ਵੱਡਾ, ਤੇ ਮੁੱਖ ਮੰਤਰੀ ਦਿਖਾਈ ਨਹੀਂ ਦੇ ਰਿਹਾ। ਇਸ ਕਰਕੇ ਗਵਰਨਰ ਸਾਹਿਬ ਨੂੰ ਕਿਹਾ ਸਟ੍ਰਿਕਟ ਨੋਟਿਸ ਲੈ ਕੇ ਤੁਸੀਂ ਕੋਈ ਉੱਤੇ ਯੂਨੀਅਨ ਹੋਮ ਮਿਨਿਸਟਰੀ ਨੂੰ ਮੈਸੇਜ ਭੇਜੋ ਕਿ ਜਿਵੇਂ ਆਹ ਚੱਲਦਾ ਰਿਹਾ, ਬਾਰਡਰ ਸੂਬੇ ਹੋਣ ਕਾਰਨ ਆਹ ਹਾਲਾਤ ਜੇ ਜ਼ਿਆਦਾ ਵਿਗੜ ਗਈ ਤੇ ਬਹੁਤ ਵੱਡਾ ਨੁਕਸਾਨ ਦੇਸ਼ ਦਾ ਵੀ ਹੋ ਸਕਦਾ ਹੈ, ਕਿਉਂਕਿ ਬਾਹਰਲੇ ਨੇਬਰਿੰਗ ਕੰਟਰੀਜ਼ ਉਹ ਚਾਹੁੰਦੀਆਂ ਕਿ ਬਾਰਡਰ ਸੂਬੇ ਵਿੱਚ ਹਾਲਾਤ ਵਿਗੜੇ, ਕਿ ਉਹਦਾ ਐਡਵਾਂਟੇਜ ਲਵੇ। ਜਿਵੇਂ 20 ਸਾਲ 25 ਸਾਲ ਪਹਿਲੇ ਜਦੋਂ ਹਾਲਾਤ ਵਿਗੜੀ, ਜਿਹੜੇ ਪਾਕਿਸਤਾਨ ਨੇ ਉਹ ਐਡਵਾਂਟੇਜ ਲਿੱਤਾ ਅਤੇ ਪੰਜਾਬ ਵਿੱਚ ਸਾਰਾ ਹਾਲਾਤ ਖਰਾਬ ਕੀਤਾ, ਉਸ ਤਰਫ ਆਹ ਕੰਮ ਚੱਲ ਰਿਹਾ, ਜਿਹੋ ਜਿਹੇ ਹਾਲਾਤ ਹੁਣ ਬਣ ਰਹੇ ਆ। ਤੀਜੀ ਗੱਲ ਜਿਹੜੀ ਸੀ, ਗਵਰਨਰ ਸਾਹਿਬ ਨਾਲ ਗੱਲ ਕੀਤੀ ਕਿ ਆ ਇਸ ਗਵਰਨਮੈਂਟ ਨੇ, ਇਸ ਗਵਰਨਮੈਂਟ ਨੂੰ ਸਮਝ ਹੀ ਨਹੀਂ ਕਿ ਜਿਹੜੀ ਮੁਸ਼ਤਰਕਾ ਖਾਤਾ ਅਤੇ ਜਿਹੜੀਆਂ ਜ਼ਮੀਨਾਂ 100-100 ਸਾਲ ਲੋਕ ਵਾਹ ਰਹੇ ਆ, ਕੋਮਨ ਲੈਂਡ ਵਾਹ ਰਹੇ ਆ, ਉਹਨਾਂ ਦੀਆਂ ਰਜਿਸਟਰੀਆਂ ਵੀ ਹੋ ਗਈਆਂ, 5-5 ਵਾਰ ਸੇਲ ਪਰਚੇਜ ਵੀ ਹੋ ਗਈਆਂ, ਹੁਣ ਉਹਨਾਂ ਨੇ ਫੈਸਲਾ ਕਰ ਲਿਆ ਕਿ ਸਾਰਿਆਂ ਨੂੰ ਖਾਲੀ ਕਰੋ। ਜਿਹੜਾ 100 ਸਾਲ 70 ਸਾਲ 50 ਸਾਲ ਕੀ ਕਾਬਜ ਹੈ, ਵਾਹ ਰਹੇ ਹੈ, ਉਹ ਪਰਿਵਾਰਾਂ ਨੂੰ ਕੀ ਹੋਊਗਾ? ਅਸੀਂ ਗਵਰਨਰ ਸਾਹਿਬ ਨੂੰ ਅਪੀਲ ਕੀਤੀ, ਤੁਸੀਂ ਇਹਨਾਂ ਦੀ ਫਾਈਲ ਬਣਾ ਕੇ ਅਤੇ ਸਰਕਾਰ ਨੂੰ ਲਿਖੋ ਕਿ ਜਿਹੜੀ ਚੀਜ਼ ਇਲੀਗਲ ਹੈ, ਜਿਹੜੀ ਹੁਣ ਹਵਾਈ ਕੋਰਟ ਨੇ ਵੀ ਸਟੇਅ ਦਿੱਤੀਆਂ, ਪਰ ਕਿਉਂਕਿ ਆਹ ਸਰਕਾਰ ਇੰਨੀ ਨਿਕੰਮੀ ਹੈ, ਬਗੈਰ ਕੋਈ ਫੈਸਲਾ ਕਰਨ ਤੋਂ ਪਹਿਲੇ ਸੋਚਦੀ ਨਹੀਂ ਕਿ ਲੀਗਲ ਹੈ ਕਿ ਇਲੀਗਲ ਹੈ। ਇਹ ਸਰਕਾਰ ਮੈਨੂੰ ਲੱਗਦਾ ਹੈ ਜੀ ਹੈ ਜਿਹਨੂੰ ਕੁਛ ਪਤਾ ਨਹੀਂ ਸਰਕਾਰ ਚਲਾਉਣੀ ਕਿਵੇਂ ਹੈ। ਸਹੀ, ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਪੰਜਾਬ ਨੂੰ ਇੱਕ ਨਾੜੀ ਡਰਾਈਵਰ ਮਿਲ ਗਿਆ ਚਲਾਉਣ ਵਾਸਤੇ, ਇਹ ਜਿਹਾ ਨਾੜੀ ਜਿਹੜਾ ਹਰ ਦੂਜੇ ਦਿਨ ਐਕਸੀਡੈਂਟ ਕਰਦਾ ਅਤੇ ਪੰਜਾਬ ਦੇ ਲੋਕਾਂ ਨੂੰ ਦੁੱਖ ਦੇ ਰਿਹਾ। ਇਸ ਕਰਕੇ ਅਸੀਂ ਗਵਰਨਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਆਫਿਸਿਸ ਯੂਜ ਕਰਕੇ ਜਿਹੜੀਆਂ ਗਲਤ ਕੰਮ ਕਰ ਰਹੇ ਆ ਉਹਨਾਂ ਨੂੰ ਸੁਧਾਰਨ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, NC7 ਨਿਊਜ਼।